ਹਾਂਜੀ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਇੱਕ ਵਾਰ ਫੇਰ ਤੋਂ ਵੈਲਕਮ ਹੈ ਜੀ ਤੁਹਾਡਾ ਫਾਰਮਿੰਗ ਸਿਮੂਲੇਟਰ 22 ਦੇ ਨਵੇਂ ਐਪੀਸੋਡ ਦੇ ਵਿੱਚ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਅੱਜ ਕਰਨ ਲੱਗੇ ਹਾਂ 50 ਮਿਲੀਅਨ ਚੈਲੰਜ ਨੂੰ ਸਟਾਰਟ। ਤੇ ਪਹਿਲਾ ਐਪੀਸੋਡ ਹੈ ਜਿਹੜਾ ਆਪਣਾ, ਇਹਦੇ ਵਿੱਚ ਆਪਾਂ ਨੂੰ ਆਲੂ ਪੱਟਣੇ ਆ ਵੀਰੇ, ਕਿਉਂਕਿ ਆਪਾਂ ਨੇ ਆਲੂ ਆ ਦੇਖੋ 100% ਆਪਣੇ ਹੋਏ ਪਏ ਨੇ, ਕਿਉਂਕਿ ਆਪਾਂ ਜਿਹੜਾ ਫਾਰਮ ਖਰੀਦਿਆ ਸੀ ਉਹਦੇ ਵਿੱਚ ਆਪਾਂ ਨੂੰ ਇਹ ਖੇਤਾਂ ਦੇ ਵਿੱਚ ਪਹਿਲਾਂ ਹੀ ਆਲਰੇਡੀ ਮਿਲੇ ਨੇ। ਤੇ ਆਪਾਂ ਇਹਨਾਂ ਨੂੰ ਵੱਢਦੇ ਹਾਂ ਤੇ ਮਸ਼ੀਨਾਂ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਸੀ, ਇਸ ਕਰਕੇ ਆਪਾਂ ਨੇ ਦੋ ਮਸ਼ੀਨਾਂ ਕਿਰਾਏ ਤੇ ਲਿੱਤੀਆਂ ਹੋਈਆਂ ਨੇ 30,000 ਦੇ ਕਿਰਾਏ ਤੇ। ਤੇ ਇਹਨਾਂ ਦਾ ਕਿਰਾਇਆ ਮੈਂ ਆਲਰੇਡੀ ਦੇ ਚੁੱਕਿਆ, ਤਾਂ ਹੀ ਕਰਕੇ ਆਪਣੇ ਕੋਲ ਸਿਰਫ 34,000 ਰੁਪਇਆ ਬਚਿਆ ਹੋਇਆ ਵੀਰੇ। ਤੇ ਕਰਦੇ ਹਾਂ ਵੀਰੇ ਸਟਾਰਟ ਆਪਾਂ, ਠੀਕ ਹੈ ਜੀ? ਤੇ ਸਭ ਤੋਂ ਪਹਿਲਾਂ ਇਹਨੂੰ ਕਰੀਏ ਅਨਫੋਲਡ ਮਸ਼ੀਨ ਨੂੰ, ਕਹਿੰਦੇ ਜੀ ਹੋ ਜਾ ਹੋ ਜਾ ਹੋ ਜਾ, ਛੇਤੀ ਛੇਤੀ ਹੋ ਜਾ। ਹੁਣ ਲਾਈਏ ਫਾਰਮ ਦੇ ਵਿੱਚ, ਮੈਨੂੰ ਲੱਗਦਾ ਨਹੀਂ ਫਸੂਗੀ ਮਸ਼ੀਨ, ਤਾਂ ਯਾਰ ਖਾਸੇ ਪਾਸੇ ਨੂੰ ਅਨਫੋਲਡ ਹੋਈ ਜਾਂਦੀ ਹੈ। ਚਲੋ ਇੱਥੋਂ ਇਹਨੂੰ ਕਰਦੇ ਹਾਂ ਸਟਾਰਟ, ਕਰੀਏ ਨੀਚੇ, ਦੇਖਦੇ ਹਾਂ ਆਲੂ ਪੱਟਣੇ ਸਟਾਰਟ ਕਰੂ ਕਿ ਨਹੀਂ। ਓਹੋ ਓਏ ਹੋਏ, ਕਹਿੰਦੇ ਧੂੜਾਂ ਠਾਲੀ ਜਾਂਦੇ ਯਾਰ, ਇਹ ਤਾਂ ਫਸਾਏ ਲਈ ਆਪਾਂ ਨੇ ਤਾਂ ਪੰਗਾ ਹੀ ਲੈ ਲਿਆ ਕਹਿੰਦੇ। ਚੱਲ ਲਓ ਜੀ ਚੋਬਰੂ, ਕਹਿੰਦੇ ਆਲੂ ਪੱਟਣ ਵਾਲੀ ਮਸ਼ੀਨ ਆਪਾਂ ਨੇ ਲਾ ਛੱਡੀ ਹੈ, ਇਹਦੇ 'ਤੇ ਲਾਈਏ ਆਪਾਂ ਡਰਾਈਵਰ, ਅਤੇ ਦੂਜੀ ਮਸ਼ੀਨ ਨੂੰ ਵੀ ਆਪਾਂ ਲਾਈਏ ਦੂਜੇ ਖੇਤ 'ਚ ਲਾ ਦਿੰਦੇ ਹਾਂ ਨਾ ਬਾਈ। ਅਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਨੇ ਜਿਹੜੇ ਆਲੂ ਅੱਜ ਦੇ ਵੱਢਣੇ ਆ, ਆਪਾਂ ਵਿੱਚ ਵੇਚਣੇ ਨਹੀਂ ਹੈਗੇ, ਆਪਾਂ ਨੇ ਇੱਥੇ ਘਰੇ ਆਪਣੇ ਫਾਰਮ ਦੇ ਵਿੱਚ ਸਟੋਰ ਕਰਨੇ, ਕਿਉਂਕਿ ਹਜੇ ਇਹਨਾਂ ਦਾ ਰੇਟ ਨਹੀਂ ਹੈਗਾ। ਅਤੇ ਆ ਮਸ਼ੀਨਾਂ ਮੇਰੇ ਆਪਣੇ ਤਾਂ ਹਲੇ ਹੈ ਨਹੀਂ, ਬਾਹਰ ਦੀ ਟੈਕਨੋਲੋਜੀਆਂ ਨੇ ਕਹਿੰਦੇ। ਅਨਫੋਲਡ ਹੋ ਜਾ ਹੋ ਜਾ, ਲਓ ਵੀ ਵੀਰੇ ਕਰਤੀ ਆਪਾਂ ਨੇ ਔਨ, ਅਤੇ ਕਰੀਏ ਸਟਾਰਟ। ਮੈਂ ਕਹਿੰਦਾ ਇਹਨੂੰ ਵੀ ਇਹਦੇ ਉੱਪਰ ਵੀ ਡਰਾਈਵਰ ਹੀ ਲਾ ਦਿੰਦਾ ਹੈ ਨਾ, ਤੁਹਾਨੂੰ ਥੋੜ੍ਹੀ ਜਿਹੀ ਟਾਈਮ ਚਲਾ ਕੇ ਵੀ ਦਿਖਾ ਦਿੰਦਾ। ਧੂੜਾ ਪੱਟੀ ਜਾਂਦੀ ਹੈ ਚੱਕ ਤੇ, ਕਹਿੰਦੇ ਪੱਟੀ ਜਾਂਦੇ ਕਹਿੰਦੇ ਆਲੂ, ਬਸ ਠੀਕ ਹੈ ਵੀਰੇ। ਚਲੋ ਵੀਰੇ ਇਹਨਾਂ ਨੂੰ ਕਰਨ ਦਿਉ ਉਨਾ ਟਾਈਮ, ਭਰਨ ਦਿਉ ਮਸ਼ੀਨਾਂ, ਅਤੇ ਮਿਲਦੇ ਹਾਂ ਆਪਾਂ ਉਨਾ ਟਾਈਮ ਤੱਕ। ਇਹ ਆਪਣੀ ਇੱਕ ਮਸ਼ੀਨ 'ਚੋਂ ਆਪਾਂ ਨੇ ਪਵਾ ਲਏ ਆਲੂ, ਅਤੇ ਤੁਸੀਂ ਦੇਖ ਹੀ ਸਕਦੇ ਹੋ ਅੱਧੀ ਕੁ ਟਰਾਲੀ ਆਪਣੀ ਹੋ ਚੁੱਕੀ ਹੈ, ਕਹਿੰਦੇ 69,100 ਕਹਿੰਦੇ ਦਵੀ ਜਾਂਦਾ ਕਹਿੰਦੇ ਵੀਰੇ। ਉਹ ਦੇਖੋ ਧੂੜਾਂ ਠਾਲੀ ਜਾਂਦੀ ਆਲੂ ਵਾਲੀ ਵਰਲੀ ਮਸ਼ੀਨ ਕਹਿੰਦੇ ਆਪਣੀ, ਅਤੇ ਆ ਵੀ ਆਪਣੀ ਭਰ ਗਈ ਹੈ ਵੀਰੇ। ਅਤੇ ਇਹਨੂੰ ਵੀ ਆਪਾਂ ਇਹਦੇ ਕੋਲ ਚੱਲਦੇ ਹਾਂ ਅਤੇ ਦੇਖਦੇ ਹਾਂ ਮੇਰੀ ਟਰਾਲੀ ਭਰਦੀ ਹੈ ਕਿ ਨਹੀਂ ਫੁੱਲ। ਲਓ ਜੀ ਚਲੋ ਜੀ ਚਲੋ, ਕਹਿੰਦੇ ਲੈ ਵੀ ਕਰਦੇ ਸਟਾਰਟ ਚੋਬਰਾ ਟਰਾਲੀ ਦੇ ਭਰ, ਸਾਡੀ ਭਰਦੀ ਹੁਣ 69,100 ਵੀ ਦੇਖੋ ਕਹਿੰਦੇ ਜੈੱਡ ਬਲੈਕ ਕਰਾਈ ਫਿਰ ਤੈਨੂੰ। ਅਤੇ 69,100 ਦੇ ਵਿੱਚ ਵੀ ਵੀਰੇ ਆਪਾਂ ਨਵੀਂ ਨਵੀਂ ਮੋਡੀਫਿਕੇਸ਼ਨਾਂ ਲੈ ਕੇ ਆ ਰਹੇ ਹਾਂ, ਆਪਣਾ ਬਾਈ ਲੱਗਿਆ ਹੋਇਆ ਜ਼ਰੂਰ ਮੋਡੀਫਿਕੇਸ਼ਨਾਂ 'ਤੇ, ਜਲਦੀ ਤੁਹਾਡੇ ਸਾਹਮਣੇ ਆਊਗਾ ਵੀਰੇ। ਉਹ ਵੀ ਹੋਰ ਬਹੁਤ ਚੀਜ਼ਾਂ ਦੇ ਵਿੱਚ ਪਾਈਆਂ ਨੇ ਆਪਾਂ ਨੇ। ਲਓ ਜੀ ਕਹਿੰਦੇ ਮੈਨੂੰ ਤਾਂ ਟਰਾਲੀ ਭਰ ਜਾਣੀ ਆ ਕਹਿੰਦੇ, ਚੱਲ ਚੱਲ ਭਰਦੇ ਹੁਣ 80-85। ਓਏ ਯਾਰ ਥੋੜ੍ਹੀ ਜਿਹੀ ਰਹਿ ਗਈ ਯਾਰ ਬਾਬਿਓ, ਚਲੋ ਕੋਈ ਨਹੀਂ ਕੰਮ ਕਰਦੇ ਹਾਂ, ਦੂਜੀ ਮਸ਼ੀਨ ਤੋਂ ਪਵਾ ਲੈਣਾ ਥੋੜ੍ਹੀ ਬਹੁਤੀ, ਟਰਾਲੀ ਭਰ ਦੇਵੇ ਜੇ ਗੱਲ ਬਣ ਜੂ ਯਾਰ। ਇੰਨੀ ਕੁ ਲਾਇਆ ਜੀ, ਚੱਲ ਪਹਿਲਾਂ ਇੰਨੀ ਕੁ ਲਾਇਆ ਉਹਨੇ ਹੈ ਨਾ, ਨਾਲੇ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਾਂ ਆਲੂ ਕਿੱਥੇ ਢੇਰੀ ਲਾਉਣੇ ਹੈ। ਚਲੋ ਇੰਨੀ ਕੁ ਟਰਾਲੀ ਨੂੰ ਲੈ ਕੇ ਚੱਲਦੇ ਹਾਂ, ਪਹੁੰਚ ਗਏ ਆਪਾਂ ਆਪਣੇ ਸ਼ੈੱਡ ਦੇ ਵਿੱਚ। ਇੱਥੇ ਆਪਾਂ ਨੇ ਸ਼ੈੱਡ ਦੇ ਵਿੱਚ ਬਹਿ ਕੇ ਟਰਾਲੀ ਲਾ ਕੇ ਕਹਿੰਦੇ ਆਲੂ ਢੋ ਦੇਣੇ ਆ, ਇੱਥੇ ਲਾਹ ਦੇਣੇ ਆ ਮਤਲਬ, ਅਤੇ ਆਪਾਂ ਵੇਚਾਂਗੇ ਇਹਨਾਂ ਨੂੰ ਥੋੜ੍ਹੇ ਟਾਈਮ ਬਾਅਦ। ਸ਼ੈੱਡਾਂ ਲੁੱਟਾਂ ਕਰ ਲਈਏ ਆਉਣ, ਕਹਿੰਦੇ ਸ਼ੈੱਡ ਆਪਣਾ ਭਰ ਜਾਣਾ ਪੂਰਾ, ਇਹ ਮੇਰੇ ਨਾਲ ਅੱਧ ਤੱਕ ਤਾਂ ਹੋਵੇ ਜਾਣਾ ਕਹਿੰਦੇ। ਕਰੀਏ ਇੱਥੇ ਲੋ ਅਨਲੋਡ ਆਲੂਆਂ ਨੂੰ,
ਲਓ ਜੀ ਕਹਿੰਦੇ ਧਰਤੀ ਹੈ ਢੇਰੀ। ਲਓ ਜੀ ਮੁੰਡਿਓ ਕਹਿੰਦੇ ਇੱਕ ਟਰਾਲੀ ਹੋਰ ਭਰਾ ਕੇ ਆਪਾਂ ਚੱਲੀਏ ਆਪਣੇ ਫਾਰਮ ਵੱਲ ਨੂੰ। ਦੂਜੀ ਟਰਾਲੀ ਜਾਂਦੀ ਹੋਈ ਕਹਿੰਦੇ ਅੱਜ ਕਹਿੰਦੇ ਸ਼ੈੱਡ ਗੋਬਰ ਮੁੜੇ ਪੂਰਾ ਭਰ ਦੇਣਾ, ਆਲੂ ਆਲੂ ਕਰ ਦੇਣੇ ਆ ਕਹਿੰਦੇ ਪੂਰੇ ਸ਼ਹਿਰ 'ਚ। ਕਹਿੰਦੇ ਇੱਕ ਮਸ਼ੀਨ ਫਿਰ ਭਰ ਗਈ ਕਹਿੰਦੇ ਜ਼ੋਰਾਂ ਸ਼ੋਰਾਂ ਨਾਲ। ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਆਪਾਂ ਨੂੰ ਆ ਚੁੱਕਿਆ ਚੋਬਰੋ। ਆ ਦੂਜੀ ਟਰਾਲੀ ਹਲੇ ਸਿੱਟਣ ਜਾ ਰਹੀ ਸੀ ਕਿ ਕਹਿੰਦੇ ਇੱਕ ਮਸ਼ੀਨ ਹੋਰ ਭਰ ਗਈ ਹੈ। ਚੱਲ ਵੀ ਪੈਕ ਲਾ ਦੇ ਇੱਥੇ। ਲਓ ਜੀ ਕਹਿੰਦੇ ਕਰਤੀ ਇੱਥੇ ਇੱਕ ਟਰਾਲੀ ਹੋਰ ਢੇਰੀ ਅਤੇ ਦੇਖੀ ਚਲੋ ਵੀਰੇ ਆਪਾਂ ਜੇ ਸ਼ੈੱਡ ਭਰਦਾ ਕਿ ਨਹੀਂ ਭਰਦਾ, ਲਾਸਟ ਤੱਕ ਜ਼ਰੂਰ ਦੇਖਿਓ। ਮੈਨੂੰ ਤਾਂ ਲੱਗਦਾ ਭਰ ਜੂਗਾ। ਲਓ ਜੀ ਆਪਾਂ ਪਹੁੰਚ ਕਿਹੜੀ ਮਸ਼ੀਨ ਭਰੀ ਹੈ ਆਪਣੀ ਤਾਂ ਚੱਲੀ ਜਾਂਦੀ ਹੈ, ਮੈਨੂੰ ਲੱਗਦਾ ਉਹ ਭਰ ਗਈ ਹੈ ਕਹਿੰਦੇ। ਚੱਲ ਵੀ ਚੱਲ ਇੱਕੋ ਹੀ ਟਰਾਲੀ ਨਾਲ ਸਰ ਗਿਆ, ਮੈਂ ਤਾਂ ਦੂਜੀ ਟਰਾਲੀ ਵੀ ਚੱਕੀ ਫਿਰਦਾ ਸੀਗਾ। ਤੁਹਾਨੂੰ ਦੱਸਦਾ ਵੀਰੇ ਆਪਣੇ ਕੋਲ ਇਹਦੇ ਵਿੱਚ ਇੱਕ ਹੀ ਟਰੈਕਟਰ ਹੈ, ਆਪਾਂ ਨੇ ਹਜੇ ਹੋਰ ਕੋਈ ਟਰੈਕਟਰ ਨਹੀਂ ਬਾਏ ਕੀਤਾ ਕਿਉਂਕਿ ਆਪਣੇ ਕੋਲ ਪੈਸੇ ਨਹੀਂ ਹੈਗੇ, ਅਤੇ ਆਪਾਂ ਚੈਲੰਜ ਵੀ ਕੰਪਲੀਟ ਕਰਨਾ 50 ਮਿਲੀਅਨ ਚੈਲੰਜ ਦਾ। ਅਤੇ ਜਿੱਦਾਂ ਹੀ ਆਪਣੇ ਕੋਲ ਪੈਸੇ ਪੂਸੇ ਕਮਾ ਕੇ ਆਪਾਂ ਇੱਕ ਟਰੈਕਟਰ ਹੋਰ ਲਵਾਂਗੇ। ਅਤੇ ਜਿਹੜੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਮਿਲੇ ਸੀਗੇ ਫਿਰ ਉਹ ਆਪਾਂ ਨੇ ਵੇਚਤੇ ਸੀਗੇ ਇਹਦੇ ਵਿੱਚ। ਕਹਿੰਦੇ ਦੂਈ ਮਸ਼ੀਨ ਵੀ 80% ਹੋ ਗਈ ਹੈ, ਮੈਨੂੰ ਲੱਗਦਾ ਟਰਾਲੀ ਵੀ ਭਰੀ ਜਾਣੀ ਹੈ ਹੁਣ। ਦੂਜੀ ਟਰਾਲੀ ਤੋਂ ਪਵਾ ਕੇ ਤੀਜੀ ਟਰਾਲੀ ਵੀ ਕਹਿੰਦੇ ਸ਼ੈੱਡ 'ਚ ਸੁੱਟ ਦੇਣੀ ਹੈ। ਲਓ ਕਹਿੰਦੇ ਆਲੂ 45% ਕਰਤੀ ਹੈ ਕਹਿੰਦੇ ਟਰਾਲੀ। ਦੂਜੀ ਟਰਾਲੀ ਵੱਲ ਨੂੰ ਦੂਜੀ ਮਸ਼ੀਨ ਵੱਲ ਨੂੰ ਚੱਲੀਏ ਸੋਰੀ। ਆ ਟਰਾਲੀ 'ਚ ਵੀ ਵੀਰੇ ਆਪਾਂ ਨੇ ਆਪ ਕਲਰ ਥੋੜ੍ਹੇ ਬਹੁਤੇ ਪਾਏ ਨੇ, ਗੇਮ ਦੀ ਟਰਾਲੀ ਦੇ ਵਿੱਚ ਥੋੜ੍ਹੀ ਬਹੁਤੀ ਮੋਡੀਫਿਕੇਸ਼ਨ ਕੀਤੀ ਆ। ਹਾਂ ਆਹ ਟਰਾਲੀ ਦਾ ਲਿੰਕ ਵੀਰੇ ਤੁਹਾਨੂੰ ਦੇ ਸਕਦੇ ਹਾਂ, ਇਹ ਟਰਾਲੀ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਮੋਡੀਫਿਕੇਸ਼ਨ ਕਰ ਸਕਦੇ ਹੋ ਜਿਹੜੀ ਇਹ ਅਸੀਂ ਬਣਾਈ ਹੈ ਹੁਣ। ਸਿਰਫ ਟਰਾਲੀ ਦਾ ਲਿੰਕ ਦੇ ਸਕਦੇ ਹਾਂ, ਜੇ ਤੁਸੀਂ ਤੁਹਾਨੂੰ ਚਾਹੀਦਾ ਹੋਊਗਾ ਤੁਸੀਂ ਡਿਸਕਾਊਂਟ 'ਤੇ ਮੈਸੇਜ ਕਰ ਸਕਦੇ ਹੋ ਇਸ ਟਰਾਲੀ ਦੇ ਲਿੰਕ ਲਈ। ਆਓ ਜੀ ਕਹਿੰਦੇ ਮੁੰਡਿਓ ਆਪਾਂ ਨੇ ਵੀਰੇ ਆਲੂ ਆਪਾਂ ਸਾਰੇ ਪੱਟ ਲਏ ਨੇ ਵੀਰੇ, ਅਤੇ ਆਹ ਟਰਾਲੀ ਦੇ ਵਿੱਚ ਥੋੜ੍ਹੇ ਜਿਹੇ ਰਹਿ ਗਏ, ਮਸ਼ੀਨਾਂ ਦੇ ਵਿੱਚ ਸੋਰੀ ਰਹਿ ਗਏ, ਥੋੜ੍ਹੇ ਜਿਹੇ ਪਵਾ ਲਈਏ। ਅਤੇ ਸ਼ੈੱਡ ਆਪਣਾ ਤਕਰੀਬਨ 80% ਭਰ ਚੁੱਕਿਆ ਵੀਰੇ, ਤੁਹਾਨੂੰ ਦਿਖਾਉਣਾ ਹੁਣ ਸ਼ੈੱਡ ਫੁੱਲ ਭਰ ਚੁੱਕਿਆ ਤਕਰੀਬਨ। ਬਸ ਆ ਮਸ਼ੀਨਾਂ 'ਚੋਂ ਕੱਢ ਲਈਏ ਅਤੇ ਮਸ਼ੀਨਾਂ ਨੂੰ ਜਾਣ ਦੇਈਏ, ਕਿਰਾਏ 'ਤੇ ਆਈਆਂ ਹੋਈਆਂ ਨੇ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ। ਅਤੇ ਆਲੂਆਂ ਲਈ ਆਪਾਂ ਵੀਰੇ ਵੇਚਾਂਗੇ ਆਲੂਆਂ ਨੂੰ ਕੱਲ੍ਹ ਨੂੰ, ਜੇ ਕੱਲ੍ਹ ਨੂੰ ਆਪਾਂ ਕਿਉਂਕਿ ਆਪਣੀ ਕਿਸੇ ਬੰਦੇ ਨਾਲ ਗੱਲ ਹੋ ਚੁੱਕੀ ਹੈ ਉਹ ਕਹਿੰਦਾ ਵੀ। ਅਤੇ ਆਲੂ ਆਪਾਂ ਟਰਾਲੀਆਂ 'ਚ ਨਹੀਂ ਵੀਰੇ, ਸਪੈਸ਼ਲ ਟਰੱਕ ਆਊਗਾ ਕਹਿੰਦੇ ਆਲੂਆਂ ਨੂੰ ਲੋਡ ਕਰਨ ਲਈ, ਅਤੇ ਆਪਣੇ ਫਾਰਮ ਤੋਂ ਹੀ ਲੈ ਜੂਗਾ ਉਹ, ਅਤੇ ਦੂਜੇ ਸ਼ਹਿਰ 'ਚ ਉਹ ਵੇਚ ਆਊਗਾ। ਦੇਖਦੇ ਹਾਂ ਕਿੰਨਾ ਕੁ ਰੇਟ ਦਿੰਦਾ, ਹਲਤਾ ਆਊਗਾ ਉਹ ਕਹਿੰਦੇ, ਕਰਦੇ ਉਹਦੇ ਨਾਲ ਗੱਲਬਾਤ ਕਿੰਨੇ ਕੁ ਪੈਸੇ ਦਊਗਾ। ਅਤੇ ਮੈਨੂੰ ਲੱਗਦਾ ਲਾਸਟ ਟਰਾਲੀ ਭਰ ਚੜੀਆਂ, ਹਾਂ ਭਰ ਚੜੀਆਂ ਮੈਨੂੰ ਲੱਗਦਾ ਇਹ ਵੀ। ਅਤੇ ਤੁਹਾਨੂੰ ਇਹ ਵੀ ਦੱਸਦਾ ਵੀਰੇ 12-13 ਟਰਾਲੀਆਂ ਹੋਈਆਂ ਨੇ ਆਪਣੀਆਂ ਆਲੂਆਂ ਦੀਆਂ, ਆਟੇ ਚੱਕਦੇ ਕਹਿੰਦੇ ਆਲੂਆਂ ਦੇ ਆਪਾਂ ਨੇ ਤਿਉਹਾਰ। ਅਤੇ ਜਿਹੜੇ ਆਪਣੇ ਦੋਨੇ ਵਾਹਣ ਇਹ ਪੱਟੇ ਨੇ ਜਿਹੜੇ 90% ਹੋ ਗਈ, ਹਾਂ ਸੋਹਣੀ ਹੋ ਗਈ ਵੀਰੇ, ਜਿਹਨਾਂ 'ਚੋਂ ਆਲੂ ਪੱਟੇ ਨੇ ਵੀਰੇ ਇਹਨਾਂ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕੀ ਲਾਉਣਾ। ਦੇਖੋ ਤੁਸੀਂ ਸ਼ੈੱਡ ਦੇਖੋ ਵੀਰੇ, ਤਕਰੀਬਨ ਪੂਰਾ ਹੀ ਭਰ ਚੁੱਕਿਆ, ਲਾਸਟ ਟਰਾਲੀ ਆ ਕਹਿੰਦੇ ਚੋਬਰੋ ਆਲੂਆਂ ਦੀ, ਨਾੜ ਗਿਆ ਰਾਟੇ ਪਾਉਂਦਾ ਆਉਂਦਾ। ਚੱਲ ਵੀ ਪੈਕ ਕਰ ਪੈਕ ਕਰ ਪੈਕ ਕਰ ਚੱਲ ਚੱਲ
ਲਓ ਜੀ ਇਹਨੂੰ ਇੱਧਰਲੇ ਪਾਸੇ ਜੇ ਲਾ ਦਿੰਦੇ ਹਾਂ ਤਾਂ ਜੋ ਮੂਹਰੇ ਥੋੜ੍ਹੀ ਬਹੁਤੀ ਆਪਣੀ ਮਸ਼ੀਨਰੀ ਵਗੈਰਾ ਵੀ ਖੜ ਸਕੇ, ਹੈ ਨਾ। ਇੱਥੇ ਕਰੀਏ ਅਨਲੋਡ, ਲਓ ਜੀ ਕਹਿੰਦੇ ਚੋਬਰੋ ਆਲੂ ਆਪਾਂ ਨੇ ਪੱਟ ਤੇ ਪੂਰੇ ਸਾਰੇ ਕਰਤੀ ਆਪਾਂ ਨੇ ਟਰੈਲੀ, ਲਾਸਟ ਟਰੈਲੀ ਸੀਗੀ ਜਿਹੜੀ ਖਾਲੀ, ਆ ਜੋ ਤੁਹਾਨੂੰ ਦਿਖਾ ਵੀ ਦੇਈਏ, ਆ ਦੇਖੋ ਢੇਰ ਲਾ ਛੱਡਿਆ ਕਹਿੰਦੇ ਚੋਬਰਾਂ ਨੇ, ਆਲੂ ਆਲੂ ਕਰ ਛੱਡੇ ਨੇ। ਅਤੇ ਮਿਲਦੇ ਹਾਂ ਫਿਰ ਆਪਾਂ ਨੈਕਸਟ ਐਪੀਸੋਡ ਦੇ ਵਿੱਚ। ਅਤੇ ਨੈਕਸਟ ਐਪੀਸੋਡ ਦੇ ਵਿੱਚ ਜੇ ਆਪਾਂ ਆਲੂ ਵੇਚਣ ਦਾ ਆਪਣਾ ਰੇਟ ਨਾਲ ਸਹੀ ਬਣ ਗਈ ਗੱਲ ਉਹ ਬੰਦੇ ਨਾਲ, ਤਾਂ ਆਪਾਂ ਵੇਚਾਂਗੇ, ਨਹੀਂ ਤਾਂ ਫਿਰ ਆਪਾਂ ਇੱਕ ਕੰਮ ਕਰਾਂਗੇ, ਆਪਾਂ ਜਿਹੜੇ ਆਪਣੇ ਦੋਨੇ ਜਿਹਨਾਂ ਖੇਤਾਂ ਦੇ ਵਿੱਚ ਆਪਾਂ ਨੇ ਆਲੂ ਪੱਟੇ ਨੇ ਨਾ, ਆਪਾਂ ਉਹਨਾਂ ਦੇ ਵਿੱਚ ਕੁਝ ਬੀਜਾਂਗੇ, ਹੈ ਨਾ, ਵਾ ਵੂ ਕੇ ਨਾ ਉਹਨਾਂ ਨੂੰ ਪਲੂ ਪਲੂ ਮਾਰ ਕੇ ਚੰਗੀ ਤਰ੍ਹਾਂ, ਅਤੇ ਉਹਨਾਂ ਦੇ ਵਿੱਚ ਬੀਜਾਂਗੇ। ਆ ਤੁਹਾਨੂੰ ਚਾਰ ਪਾਉਣ ਵਾਲੀ ਮਸ਼ੀਨ ਵੀ ਆਪਣੀ ਲਿਆਂਦੀ ਹੋਈ ਹੈ, ਅਤੇ ਮਿਲਦੇ ਹਾਂ ਫਿਰ ਨੈਕਸਟ ਐਪੀਸੋਡ ਦੇ ਵਿੱਚ।